ਜਿਹੜਾ ਹੈ ਪ੍ਰਧਾਨ ਮੰਤਰੀ ਜੀ ਨੂੰ ਕਰਤਾਰਪੁਰ ਕੋਰੀਡੋਰ ਦੇ ਲਾਂਘੇ ਦੇ ਖੋਲਣ ਦੇ ਬਾਰੇ ਮਿਲਿਆ। ਅਸੀਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦਾ ਗੁਰੂ ਧਾਮ ਤੋਂ ਵਿਛੋੜਾ ਹੋਇਆ ਸੀ, ਅਸੀਂ ਸਾਰੇ ਚਾਹੇ ਉਹ ਸਿੱਖ ਨੇ ਚਾਹੇ ਨਾਨਕ ਨਾਮ ਲੇਵਾ ਸੰਗਤ ਹੈ, ਹਮੇਸ਼ਾ ਅਰਦਾਸ ਦੇ ਅੰਦਰ ਵਿਛੜੇ ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਅਰਦਾਸ ਕਰਦੇ ਹਾਂ। ਔਰ ਜਦੋਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੋ ਤਾਂ ਤੁਸੀਂ ਇਹਨਾਂ ਭਾਵਨਾ ਦਾ ਧਿਆਨ ਰੱਖਦੇ ਹੋਏ ਕਰਤਾਰਪੁਰ ਲਾਂਘਾ ਬਣਾਇਆ ਔਰ ਖੁੱਲ੍ਹੇ ਦੀਦਾਰ ਦਾ ਮੌਕਾ ਦਿੱਤਾ। ਲੇਕਿਨ ਪਿਛਲੇ ਸਾਲ ਕੋਰੋਨਾ ਦੀ ਮਹਾਂਮਾਰੀ ਦੇ ਕਾਰਨ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਔਰ ਸਵਾਸਥੇ ਨੂੰ ਧਿਆਨ ਚ ਰੱਖ ਕੇ ਉਹ ਲਾਂਘਾ ਬੰਦ ਹੈ। ਹੁਣ 19 ਨਵੰਬਰ ਨੂੰ ਗੁਰਪੁਰਬ ਆ ਰਿਹਾ, ਪ੍ਰਕਾਸ਼ ਉਤਸਵ ਆ ਰਿਹਾ ਬਾਬਾ ਨਾਨਕ ਜੀ ਦਾ, ਤੇ ਇਸ ਵੇਲੇ ਕੋਰੋਨਾ ਦੀ ਮਹਾਂਮਾਰੀ ਵੀ ਤੁਹਾਡੇ ਨੇਤ੍ਰਿਤਵ ਦੇ ਅੰਦਰ ਕੰਟਰੋਲ ਚ ਹੈ ਦੇਸ਼ ਚ, ਔਰ 110 ਕਰੋੜ ਲੋਕ ਜਿਹੜੇ ਨੇ ਉਹ ਟੀਕਾ ਵੀ ਲਗਾ ਚੁੱਕੇ ਨੇ ਔਰ ਦੇਸ਼ ਅਨਲੋਕ ਵੱਲ ਤੁਰਿਆ ਹੋਇਆ। ਤੇ ਸਾਡੀ ਤੁਹਾਨੂੰ ਅਪੀਲ ਹੈ ਕਿ ਇਹ ਗੁਰਪੁਰਬ ਜਿਹੜਾ ਹੈ, ਪ੍ਰਕਾਸ਼ ਉਤਸਵ ਹੈ ਬਾਬਾ ਨਾਨਕ ਜੀ ਦਾ, ਇਸ ਮੌਕੇ ਤੋਂ ਪਹਿਲਾਂ ਅਗਰ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ ਤੇ ਸੰਗਤਾਂ ਨੂੰ ਬਹੁਤ ਵੱਡਾ ਮੌਕਾ ਮਿਲੇਗਾ ਔਰ ਇੱਕ ਤੋਹਫਾ ਹੋਏਗਾ ਤੁਹਾਡੇ ਵੱਲੋਂ। ਇਹ ਬੇਨਤੀ ਕਰਕੇ ਅਸੀਂ ਇਹ ਜਾਏ। ਅਸੀਂ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮਿਲਣ ਦੇ ਲਈ ਆਏ ਸੀ, ਕਿਉਂ ਕਰਕੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈਗੀ ਜਨਮ ਸ਼ਤਾਬਦੀ, ਉਹਨਾਂ ਦਾ ਪ੍ਰਕਾਸ਼ ਪੁਰਬ ਹੈ, ਉਹ 19 ਤਰੀਕ ਨੂੰ ਜਿਹੜਾ ਆ ਰਿਹਾ ਹੈ। ਉਹਦੇ 'ਚ ਸਾਡੇ ਇਕੱਲੇ ਸਿੱਖਾਂ ਦਾ ਹੀ ਨਹੀਂ, ਸਮੁੱਚਾ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ ਸਾਰੇ ਸੰਸਾਰ ਦੀ, ਉਹਨਾਂ ਦੇ ਮਨਾਂ ਦੇ ਵਲਵਲੇ ਸੀ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ, ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਅਸਥਾਨ ਵਾਲਾ ਕੋਰੀਡੋਰ ਸੀ, ਉਹ ਨਰਿੰਦਰ ਮੋਦੀ ਜੀ ਨੇ, ਪ੍ਰਧਾਨ ਮੰਤਰੀ ਸਾਹਿਬ ਨੇ, ਹਿੰਦੁਸਤਾਨ ਦੀ ਸਰਕਾਰ ਨੇ ਬਣਾ ਕੇ ਖੋਲ੍ਹਿਆ ਸੀ। ਪਿਛਲੇ ਕਰੋਨਾ ਦੇ ਸਮੇਂ ਦੇ ਵਿੱਚ ਉਹ ਜਿਹੜਾ ਬੰਦ ਸੀਗਾ, ਅਤੇ ਅੱਜ ਸਮੁੱਚੀ ਸਿੱਖ ਸੰਗਤ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਜਿਹੜੀ ਸਿੱਖ ਸੰਗਤ ਹੈ, ਉਹਨਾਂ ਦੇ ਮਨਾਂ ਦੇ ਵਲਵਲੇ ਹੈ ਕਿ ਕਰੋਨਾ ਕਾਲ ਖਤਮ ਹੋ ਚੁੱਕਿਆ, ਹੁਣ ਥੋੜ੍ਹੇ ਪ੍ਰਕੋਸ਼ਨ ਲੈ ਕੇ ਉਸ ਜਿਹੜਾ ਲਾਂਘਾ ਉਸ ਨੂੰ ਦੁਬਾਰਾ ਖੋਲ੍ਹਿਆ ਜਾਵੇ। ਅਸੀਂ ਅੱਜ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ, ਉਹਨਾਂ ਦੀਆਂ ਭਾਵਨਾਵਾਂ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਆਏ ਸੀ, ਅਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਸ ਲਾਂਘੇ ਨੂੰ ਖੋਲ੍ਹ ਕੇ ਜਿਹੜੀ ਨਾਨਕ ਨਾਮ ਲੇਵਾ ਸੰਗਤ ਹੈ, ਉਹਨਾਂ ਦੇ ਜਿਹੜੇ ਵਲਵਲੇ ਆ, ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ, ਉਹਨਾਂ ਨੂੰ ਪੂਰੀਆਂ ਕੀਤਾ ਜਾਵੇ, ਉਹਨਾਂ ਦੇ ਜਿਹੜੇ ਜਿਹੜੀਆਂ ਉਹਨਾਂ ਦੀਆਂ ਸਧਰਾਂ, ਉਹਨਾਂ ਨੂੰ ਪੂਰੀਆਂ ਕੀਤਾ ਜਾਵੇ। ਉਹ ਪੁਰਾਣਾ ਸਮਾਂ ਯਾਦ ਕਰਕੇ ਦੇਖੋ, ਉਸ ਸਮੇਂ ਜਿਹੜਾ ਕਾਂਗਰਸ ਦਾ ਰੋਲ ਸੀ, ਉਸ ਰੋਲ ਦੇ ਨਾਲ ਸਾਡੀ ਕੌਮ ਬੜੀ ਪਿੱਛੇ ਜਾ ਪਈ ਸੀ। 84 ਦੇ ਦੰਗੇ ਜਿਹੜੇ, ਜਿਨ੍ਹਾਂ ਨੂੰ ਮੈਂ ਦੰਗੇ ਨਹੀਂ ਕਹਿੰਦਾ, ਉਹ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਜਿਹੜਾ ਇੱਕ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਦੋਸ਼ੀ ਬੜੇ ਲੰਬੇ ਸਮੇਂ ਤੋਂ ਆਜ਼ਾਦ ਤੁਰੇ ਫਿਰਦੇ ਆ ਰਹੇ ਸੀ। ਕਾਂਗਰਸ ਨੇ ਉਹਨਾਂ ਦੋਸ਼ੀਆਂ ਨੂੰ ਜਿੱਥੇ ਮੰਤਰੀ ਬਣਾਇਆ, ਦੇਸ਼ ਦੇ ਵੱਡੇ ਵੱਡੇ ਅਹੁਦਿਆਂ 'ਤੇ ਮਾਨ ਬਖਸ਼ਿਆ ਉਹਨਾਂ ਦੋਸ਼ੀਆਂ ਨੂੰ, ਅਤੇ ਅਸੀਂ ਸਿੱਖ ਕੌਮ, ਸਾਡੀ ਸਿੱਖ ਕੌਮ ਦੇ ਲੋਕ ਇਹ ਭੁੱਲ ਚੁੱਕੇ ਸੀ ਕਿ ਉਹਨਾਂ ਦੋਸ਼ੀਆਂ ਨੂੰ ਕਦੇ ਸਜ਼ਾ ਮਿਲੂਗੀ। ਪਰ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ, ਉਹਨਾਂ ਨੇ ਪ੍ਰਧਾਨ ਮੰਤਰੀ ਬਣ ਕੇ ਸਭ ਤੋਂ ਪਹਿਲਾਂ ਸਿੱਟ ਬਣਾਈ, ਅਤੇ ਉਹਨਾਂ 84 ਦੇ ਦੰਗੀਆਂ ਨੂੰ, ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਅੱਜ ਉਹ ਜੇਲ੍ਹਾਂ 'ਚ ਬੈਠੇ ਆ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਸਾਹਿਬ ਦਾ ਅਤੇ ਹਿੰਦੁਸਤਾਨ ਦੀ ਸਰਕਾਰ ਦਾ, ਜਿਨ੍ਹਾਂ ਨੇ ਇਹ ਕੰਮ ਕੀਤੇ, ਅਤੇ ਕੋਰੀਡੋਰ ਦਾ ਲਾਂਘਾ ਅਸੀਂ ਉਮੀਦ ਕਰਦੇ ਹਾਂ ਫਿਰ ਜਲਦੀ ਖੁੱਲੂਗਾ, ਸਮੁੱਚੀ ਸਿੱਖ ਸੰਗਤ ਇਹਦੀਆਂ ਭਾਵਨਾਵਾਂ ਨੂੰ ਦੇਖਦੇ ਫਿਰ ਇਹ ਜਲਦੀ ਖੁੱਲੂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੇ ਰੈਜੀਡੈਂਸ ਕੇ ਉੱਪਰ ਉਨਸੇ ਮੁਲਾਕਾਤ ਹਮਨੇ ਕੀ ਹੈ, ਔਰ ਹਮਨੇ ਇਹ ਡਿਮਾਂਡ ਰੱਖੀ ਹੈ ਕਿ ਜੋ ਆਪਨੇ ਇੱਕ ਬੜਾ ਬਹੁਤ ਬੜਾ ਕੰਮ ਕੀਆ ਥਾ ਸਿੱਖੋਂ ਕੇ ਲੀਏ, ਜੋ 70 ਸਾਲ ਸੇ ਡਿਮਾਂਡ ਥੀ ਗੁਰੂ ਨਾਨਕ ਦੇਵ ਜੀ ਕੇ ਦਰਸ਼ਨ ਕਰਨੇ ਕੇ ਲੀਏ, ਜੋ ਉਨਕਾ ਅੰਤਿਮ ਸਥਾਨ ਹੈ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਕੇ ਉਸ ਤਰਫ, ਉਸਕੇ ਲੀਏ ਜੋ ਕੋਰੀਡੋਰ ਕੀ ਡਿਮਾਂਡ ਥੀ ਵੋ ਨਰਿੰਦਰ ਮੋਦੀ ਜੀ ਨੇ ਪੂਰੀ ਕੀ ਹੈ। ਇਸਕਾ ਪੂਰਾ ਗੁਰੂ ਨਾਨਕ ਨਾਮ ਲੇਵਾ ਔਰ ਸਿੱਖ ਸਮਾਜ ਪੂਰੀ ਦੁਨੀਆ ਮੇਂ ਬਹੁਤ ਬੜਾ ਇਨਕਾ ਆਭਾਰੀ ਹੈ, ਔਰ ਹਮ ਇਨਸੇ ਆਜ ਰਿਕੁਐਸਟ ਕਰਨੇ ਆਏ ਹੈ ਕਿ ਕਿਰਪਾ ਕਰਕੇ 19 ਤਾਰੀਖ ਕੋ
गुरु नानक देव जी का गुरपुरब आ रहा है। इस कॉरिडोर को दोबारा खोला जाए और 19 तारीख से पहले पहले सारी सिख संगतों को और गुरु नानक नाम लेवा को उनके दर्शन करने का मौका मिले। जो काम इन्होंने किए हैं आज तक कभी भी कोई कांग्रेस सरकार 70 साल में नहीं कर सकी है। जो अफगानिस्तान से सिखों को यहाँ पर लाए और स्पेशल जहाज़ भेजे, गुरु ग्रंथ साहब जी के स्वरूप लेके आए, वो भी हमें उनके लिए भी आभारी हैं। और जो सिखों के लिए 84 के दंगे हुए और उन दंगों के ऊपर जो सिट बना करके दोबारा कांग्रेसियों को और सज्जन कुमार जैसे लोगों को दोबारा अंदर जेल में भेजा, उस सिट को ये कोई काम नहीं कर सका, क्योंकि 84 के बाद 2014 तक तो कांग्रेस सरकार उनको बचाती रही और उसके बाद इन्होंने सिट लगा करके जब दोबारा उनको ऊपर किया है। हम लोग इसके भी बहुत उनके आभारी हैं।